ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ 9th ਕਲਾਸ ਦੀ ਵਰਕਬੁੱਕ ਵਿੱਚੋਂ ਵਰਕਸ਼ੀਟ ਨੰਬਰ 7 ਜੋ ਹੈ ਸੋਲਵ ਕਰਾਂਗੇ ਬੇਟਾ ਠੀਕ ਹੈ ਸੈਕੰਡ ਟਰਮ ਲਈ ਜੋ ਹੈ ਲੈਸਨਸ ਤੁਹਾਡੇ ਕੋਲ ਹੈਗੇ ਨੇ ਸੈਕੰਡ ਟਰਮ ਦੀ ਵਰਕਬੁੱਕ ਆਪਾਂ ਸੋਲਵ ਕਰ ਰਹੇ ਹਾਂ ਵਰਕਸ਼ੀਟ ਨੰਬਰ 7 ਹੈ ਕਲਾਸ 9th ਹੈ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਮਾਈ ਇੰਗਲਿਸ਼ ਵਰਕਬੁੱਕ ਕਲਾਸ 9th ਠੀਕ ਹੈ ਬੇਟਾ ਆਓ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸ਼ੁਰੂ ਕਰ ਰਹੇ ਹਾਂ ਲੈਸਨ ਦਾ ਨੇਮ ਹੈ ਬੇਟਾ ਆ ਦੇਖੋ ਡੈਥ ਆਫ ਅਭਿਮਨਯੂ ਠੀਕ ਹੈ ਦ ਡੈਥ ਆਫ ਅਭਿਮਨਯੂ ਇਹ ਲੈਸਨ ਦਾ ਨਾਮ ਹੈ ਚਲੋ ਆਪਾਂ ਜੋ ਹੈ ਸੋਲਵ ਕਰਦੇ ਆ ਇਸ ਨੂੰ ਤੇ ਬੇਟਾ ਇਸ ਦੇ ਜੋ ਆਥਰ ਹੈ ਰਾਈਟਰ ਹੈ ਇਸ ਦਾ ਉਹ ਹੈਗਾ ਐਸ ਬੀ ਸ੍ਰੀ ਵਾਸਤਵਾ ਐਸ ਬੀ ਸ੍ਰੀ ਵਾਸਤਵਾ ਨਾਮ ਯਾਦ ਰੱਖਿਓ ਠੀਕ ਹੈ ਇਹ ਇਸ ਦਾ ਰਾਈਟਰ ਹੈ ਸੋ ਲਿਸਨਿੰਗ ਐਕਸਰਸਾਈਜ਼ ਆਡੀਓ ਕਲਿੱਪ ਤੇ ਬੇਸਿਸ ਤੇ ਇਹ ਜੋ ਹੈ ਤੁਹਾਡੇ ਕੋਲ ਕੁਐਸਚਨਸ ਬਣੇ ਹੋਏ ਨੇ ਇਹਨਾਂ ਦੇ ਆਨਸਰਸ ਮੈਂ ਤੁਹਾਨੂੰ ਦੱਸ ਰਿਹਾ ਆ ਆਡੀਓ ਕਲਿੱਪ ਸਿਰ ਆਪਣੀ ਪੰਜਾਬ ਐਜੂਕੇਰ ਐਪ ਤੇ ਪਈ ਹੈ ਬੇਟਾ ਵੀਡੀਓ ਨੂੰ ਦੇਖਿਆ ਕਰੋ ਨਾਲ ਸੁਣਿਆ ਵੀ ਕਰੋ ਠੀਕ ਹੈ ਕਿਉਂਕਿ ਕਈ ਵਾਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੋ ਇੱਥੇ ਬੋਲ ਕੇ ਦੱਸਿਆਂਗੇ ਜਾਂ ਹੁੰਦੀਆਂ ਨੇ ਤੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਉਹ ਠੀਕ ਹੈ ਆਓ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਵਾਟ ਡਿਡ ਅਰਜੁਨਾ ਡਿਸਾਈਡ ਓਨ ਦੀ 13th ਡੇ ਆਫ ਦਾ ਬੈਟਲ 13ਵੇਂ ਦਿਨ ਜੋ ਹੈ ਅਰਜੁਨ ਨੇ ਕੀ ਡਿਸਾਈਡ ਕੀਤਾ ਸੀ ਯੁੱਧ ਦੇ 13ਵੇਂ ਦਿਨ ਉਸਨੇ ਡਿਸਾਈਡ ਕੀਤਾ ਸੀ ਟੂ ਬ੍ਰਿੰਗ ਦਾ ਅਟੈਕ ਆਫ ਹਿਸ ਐਨਮੀਜ਼ ਟੂ ਐਨ ਐਂਡ ਕਿ ਉਹ ਆਪਣੇ ਜੋ ਦੁਸ਼ਮਣਾਂ ਦੇ ਜੋ ਅਟੈਕ ਨੇ ਹਮਲੇ ਨੇ ਉਹਨਾਂ ਦਾ ਅੰਤ ਕਰ ਦੇਵੇ ਇਹ ਉਸਨੇ ਡਿਸਾਈਡ ਕਰ ਲਿਆ ਸੀ ਏ ਆਪਸ਼ਨ ਕਰੈਕਟ ਹੈ ਠੀਕ ਹੈ ਬੀ ਦੇਖੋ ਹੂ ਵਾਸ ਰਿਕਵੈਸਟਡ ਬਾਈ ਅਰਜੁਨਾ ਟੂ ਡਰਾਈਵ ਹਿਸ ਚੈਰੀਅਟ ਆਪਣਾ ਰਥ ਚਲਾਉਣ ਦੇ ਕਿਸ ਨੇ ਅਰਜੁਨ ਨੇ ਕਿਸ ਨੂੰ ਬੇਨਤੀ ਕੀਤੀ ਆਪਣਾ ਰਥ ਚਲਾਉਣ ਵਾਸਤੇ ਨੇ ਕਿ ਸਾਰਥੀ ਕਿਸ ਨੂੰ ਬਣਾਇਆ ਉਸਨੇ ਠੀਕ ਹੈ ਸੀ ਆਪਸ਼ਨ ਕਰੈਕਟ ਹੈ ਸ਼੍ਰੀ ਕ੍ਰਿਸ਼ਨ ਨੂੰ ਉਸਨੇ ਸਾਰਥੀ ਬਣਾਇਆ ਸੀ ਬੇਟਾ ਠੀਕ ਹੈ ਨੈਕਸਟ ਦੇਖੋ ਹੀ ਬਿਲਟ ਅ ਡੈਸ਼ ਫਾਰਮੇਸ਼ਨ ਆਫ ਦਾ ਕੌਰਵਾਸ ਆਰਮੀ ਨੋਨ ਐਜ਼ ਚੱਕਰਵਿਊ ਸਰਕੂਲਰ ਸਰਕੂਲਰ ਠੀਕ ਹੈ ਵੀਲ ਵੀ ਇਸ ਦੇ ਵਿੱਚ ਲਿਖਿਆ ਹੋ ਸਕਦਾ ਹੈ ਬੁੱਕ ਦੇ ਵਿੱਚ ਵੀਲ ਹੈ ਤੇ ਠੀਕ ਹੈ ਸਰਕੂਲਰ ਵੀ ਆਨਸਰ ਸਹੀ ਹੈ ਅੱਗੇ ਦੇਖੋ देयर प्लान ਵਾਸ ਟੂ ਡੈਸ਼ ਰਿਸਟਰ ਇਨ दैट ਚੱਕਰ ਵੀਊ ਐਂਟ੍ਰੈਪ ਠੀਕ ਹੈ ਉਹਨਾਂ ਦੀ ਯੋਜਨਾ ਸੀ ਕਿ ਉਸ ਚੱਕਰ ਵੀਊ ਦੇ ਵਿੱਚ ਡਿਸਟਰ ਨੂੰ ਫਸਾਉਣਾ ਐਂਟ੍ਰੈਪ ਕਰਨਾ ਯਾਨੀ ਕਿ ਜਾਲ ਵਿੱਚ ਫਸਾ ਲੈਣਾ ਠੀਕ ਹੈ ਟਿਕ ਦਾ ਕਰੈਕਟ ਮੀਨਿੰਗ ਆਫ ਦਾ ਵਰਡ ਪੀਅਰਸ ਪੀਅਰਸ ਦਾ ਮੀਨਿੰਗ ਦੱਸਣਾ ਬੇਟਾ ਬ੍ਰੇਕ ਇਨ ਠੀਕ ਹੈ ਉਸ ਤੋਂ ਬਾਅਦ ਅਗਲਾ ਦੇਖੋ ਆਪਣੇ ਕੋਲ ਹੈਗਾ ਲਿਸਨਿੰਗ ਟੈਕਸ ਠੀਕ ਹੈ ਇਹ ਡਾਇਲੋਗ ਹੈ ਹੂ ਵਾਂਟਸ ਟੂ ਜੁਆਇਨ ਦਾ ਇੰਡੀਅਨ ਆਰਮੀ ਰੋਬਿਨ ਇਹ ਵੀ ਆਡੀਓ ਕਲਿੱਪ ਹੈ ਬੇਟਾ ਪੰਜਾਬ ਵਿਚ ਘਰੇਪ ਤੇ ਪਈ ਹੈ ਇਹ ਆਡੀਓ ਕਲਿੱਪ ਉਸ ਦੇ ਆਧਾਰ ਤੇ ਬਣੇ ਹੋਏ ਨੇ ਕੁਐਸਚਨਸ ਹੈ ਵਾਈ ਡਸ ਦਾ ਬੋਏ ਵਾਂਟ ਟੂ ਜੁਆਇਨ ਦਾ ਆਰਮੀ ਸੀ ਆਪਸ਼ਨ ਇਜ਼ ਕਰੈਕਟ ਟੂ ਪ੍ਰੋਟੈਕਟ ਹਿਸ ਕੰਟਰੀ ਫਰੋਮ ਦਾ ਐਨਮੀਸ ਦੁਸ਼ਮਣਾਂ ਤੋਂ ਆਪਣੇ ਦੇਸ਼ ਦੀ ਰੱਖਿਆ ਕਰਨ ਲਈ ਥੇਅਰ ਇਜ਼ ਅ ਡੈਸ਼ ਟੂ ਲਾਈਫ ਥੇਅਰ ਇਜ਼ ਅ ਡੈਸ਼ ਟੂ ਲਾਈਫ ਰਿਸਕ ਟੂ ਲਾਈਫ ਥੈਨ ਦਾ ਬੋਏ ਇਜ਼ ਅਫਰੇਡ ਟੂ ਜੁਆਇਨ ਦਾ ਆਰਮੀ ਫਾਲਸ ਹੈ ਠੀਕ ਹੈ ਕਿਉਂਕਿ ਲੜਕਾ ਜੋ ਹੈ ਆਰਮੀ ਜੋਇਨ ਕਰਨ ਲਈ ਡਰਦਾ ਨਹੀਂ ਸੀ ਉਹ ਬਰੇਵ ਸੀ ਉਹ ਪਰ ਸਟੇਟਮੈਂਟ ਕਹਿ ਰਹੀ ਹੈ ਕਿ ਦਾ ਬாய் ਇਜ਼ ਅਫਰੇਡ ਟੂ ਜੁਆਇਨ ਦਾ ਆਰਮੀ ਕਿ ਆਰਮੀ ਨੂੰ ਜੋਇਨ ਕਰਨ ਦੇ ਵਿੱਚ ਡਰਦਾ ਸੀ ਨੋ ਫਾਲਸ ਸਟੇਟਮੈਂਟ ਹੈ ਹੂ ਇਜ਼ ਪ੍ਰਾਊਡ ਆਫ ਦਾ ਬாய் ਹਿਸ ਫਾਦਰ ਉਸਦੇ ਪਿਤਾ ਨੂੰ ਲੜਕੇ ਤੇ ਮਾਣ ਹੈ ਠੀਕ ਹੈ ਅਗਲੇ ਅੱਗਾ ਜੋ ਸਪੀਕਿੰਗ ਸਕਿੱਲ ਹੈ ਬੇਟਾ ਸਪੀਕਿੰਗ ਸਕਿੱਲ ਇਹ ਤੁਸੀਂ ਸੈਂਟੈਂਸਸ ਬੋਲ ਲਓ ਤੁਸੀਂ ਠੀਕ ਹੈ ਪਰ ਅੱਗੇ ਮੈਂ ਜੋ ਸੋਲਵ ਕਰਨ ਵਾਲਾ ਹੈਗਾ ਕੰਮ ਉਹ ਆਪਾਂ ਕਰਦੇ ਆਂ ਦੇਖੋ ਰੀਡਿੰਗ ਪੈਸੇਜ ਹੈ ਰੀਡਿੰਗ ਕੰਪਰੀਹੈਂਸ਼ਨ ਠੀਕ ਹੈ ਇਸ ਕੰਪਰੀਹੈਂਸ਼ਨ ਤੁਸੀਂ ਧਿਆਨ ਨਾਲ ਪੜ੍ਹ ਲਓ ਬੇਟਾ ਪਹਿਲਾਂ ਠੀਕ ਹੈ ਸਾਡੀ ਵਰਕਬੁੱਕ ਦੇ ਵਿੱਚ ਹੈਗਾ ਇਹ ਇਸ ਨੂੰ ਪੜੋ ਤੇ ਉਸ ਤੋਂ ਬਾਅਦ ਕੁਐਸਚਨਸ ਨੇ ਉਹ ਸੋਲਵ ਮੈਂ ਤੁਹਾਡੇ ਲਈ ਕਰ ਦੇਣਾ ਇਹ ਪੈਸੇਜ ਪੇਜ ਨੰਬਰ 35 ਤੇ ਬੇਟਾ ਦਿੱਤਾ ਹੋਇਆ ਹੈ ਬੁੱਕ ਦੇ ਵਿੱਚ ਵਰਕਬੁੱਕ ਦੇ ਵਿੱਚ ਠੀਕ ਹੈ ਸੋ ਫਰਸਟ ਕੁਐਸਚਨ ਹੈ ਹੂਜ਼ ਸਟੋਰੀਜ਼ ਆਰ ਸੁਪਰਫਿਸ਼ੀਅਲੀ ਟੇਕਨ ਐਜ਼ ਜੋਕਸ ਏ ਆਪਸ਼ਨ ਕਰੈਕਟ ਹੈ ਬੇਟਾ ਇਹ ਠੀਕ ਹੈ मुल्ला नसरुद्दीन होर्डजा देन नो साइन ऑफ इट व्हाट डज इट इट रेफर टू इट द मीनिंग इज इथे द बोर ठीक है उस ਤੋਂ ਬਾਅਦ ਹੈ ਵੈਨ ਹੈਡ ਦਾ ਬੋਰ ਗੋਨ दैट ਵੇ ਟੂ ইयर्स ਬੈਕ ਦੋ ਸਾਲ ਪਹਿਲਾਂ ਗਿਆ ਸੀ ਠੀਕ ਹੈ ਹੂ অর ਵਟ ਵਾਸ ਮੇਕਿੰਗ ਦਾ ਅਲਰਮਿੰਗ ਨੋਇਸਿਸ ਠੀਕ ਹੈ ਆਵਾਜ਼ਾਂ ਕੌਣ ਕਰ ਰਿਹਾ ਸੀ ਦੀ 올ਡ ਰੈਂਟਡ ਹਾਊਸ ਘਰ ਆਵਾਜ਼ਾਂ ਕਰ ਰਿਹਾ ਸੀ ਟੁੱਟਿਆ ਹੋਇਆ ਘਰ ਸੀਗਾ ਸਾਊਂਡ ਕਰਦਾ ਸੀ ਉਹ ਜਦੋਂ ਹਵਾ ਵਗੈਰਾ ਚੱਲਦੀ ਸੀ ਉਦੋਂ ਹੂ ਵਾਜ਼ ਸਾਈਨਿੰਗ ਹੂ ਵਾਜ਼ ਸਿੰਗਿੰਗ ਟੂ ਦੀ 올ਮਾਈਟੀ ਅਕੋਰਡਿੰਗ ਟੂ ਦਾ ਲੈਂਡਲੋਰਡ ਲੈਂਡਲੋਰਡ ਦੇ ਅਕੋਰਡਿੰਗ ਕੌਣ ਗਾ ਰਿਹਾ ਸੀ ਇਸ ਦਾ ਆਨਸਰ ਹੈ ਗਿਆ ਦਾ 올ਡ ਬਿਲਡਿੰਗ ਠੀਕ ਹੈ 올ਡ ਬਿਲਡਿੰਗ ਜੋ ਪੁਰਾਣੀ ਬਿਲਡਿੰਗ ਸੀ ਉਹ ਪ੍ਰਮਾਤਮਾ ਅੱਗੇ ਜੋ ਗੀਤ ਗਾ ਰਹੀ ਸੀ ਭਜਨ ਕੀਰਤਨ ਕਰ ਰਹੀ ਸੀ ਠੀਕ ਹੈ ਦੈਨ ਇਹ ਮਜ਼ਾਕੀਆ ਗੱਲ ਹੈਗੀ ਹੈ ਠੀਕ ਹੈ ਉਹ ਲੈਸ ਆਪਣਾ ਆਡੀਓ ਕਲਿੱਪ ਦੇ ਵਿੱਚ ਐਵੇਂ ਹੀ ਹੈ ਜੋ ਮਕਾਨ ਮਾਲਿਕਾ ਉਹ ਐਵੇਂ ਹੀ ਕਹਿੰਦਾ ਕਿ ਵੀ ਜੋ ਕਰਾਇਦਾਰ ਉਹ ਕਹਿੰਦਾ ਵੀ ਬਿਲਡਿੰਗ ਆਵਾਜ਼ ਕਰ ਰਹੀ ਹੈ ਡਿੱਗ ਵੀ ਸਕਦੀ ਹੈ ਪਰ ਉਹ ਕਹਿੰਦਾ ਇਹ ਤਾਂ ਪ੍ਰਮਾਤਮਾ ਨੂੰ ਜੋ ਹੈ ਪ੍ਰਾਰਥਨਾ ਕਰ ਰਹੀ ਹੈ which word in the given passage means structural component that is used as a part of roof construction ਛੱਤ ਦੇ ਵਿੱਚ ਜੋ ਆਪਾਂ ਇੱਕ ਚੀਜ਼ ਕਿਹੜੇ ਹਿੱਸਾ ਹੈ ਇਸ ਦੇ ਵਿੱਚ ਵਰਡ ਆਇਆ ਇੱਕ ਜਿਸ ਨੂੰ ਆਪਾਂ ਛੱਤ ਦੇ ਵਿੱਚ ਯੂਜ਼ ਕਰਦੇ ਹਾਂ ਇਸ ਤਰ੍ਹਾਂ ਦੀ ਸਮਾਨ ਕੋਈ ਚੀਜ਼ ਹੈ ਵਸਤੂ ਹੈ ਜੀ ਉਹ ਹੈਗੇ ਰਾਫਟਰਸ ਹੁੰਦੇ ਨੇ ਇਹ ਰਾਫਟਰਸ ਇਨਾਂ ਨੂੰ ਛੱਤ ਛੱਤ ਬਣਾਉਣ ਲਈ ਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੈਨ ਰਾਈਟਿੰਗ ਐਕਸਰਸਾਈਜ਼ ਹੈ ਹੂ ਵਾਸ ਅਭਿਮਨਯੂ ਅਭਿਮਨਯੂ ਬਾਰੇ ਵੀ ਲਿਖਣਾ ਸੀ ਬਟਾਏ ਮੈਂ ਤੁਹਾਡੇ ਲਈ ਲਿਖ ਦਿੱਤਾ ਹੈ ਇੱਥੇ ਤੁਸੀਂ ਨੋਟ ਕਰ ਲਓ ਅਭਿਮਨਯੂ ਵਾਸ son of Arjuna ਅਭਿਮਨਯੂ ਅਰਜੁਨ ਦਾ ਪੁੱਤਰ ਸੀ ਹੀ ਵਾਸ ਅ ਬਰੇਵ ਯੰਗ ਬாய் ਬਹਾਦਰ ਨੌਜਵਾਨ ਲੜਕਾ ਸੀ ਹੀ ਵਾਸ ਬਬਲਿੰਗ ਵਿਦ ਐਨਥੂਸੀਆਜ਼ਮ ਓ ਜੋਸ਼ ਨਾਲ ਭਰਿਆ ਹੋਇਆ ਸੀ ਹੀ ਅਗਰੀਡ ਟੂ ਲੀਡ ਦਾ ਆਰਮੀ ਓ ਆਰਮੀ ਨੂੰ ਲੀਡ ਕਰਨ ਲਈ ਅਗਵਾਈ ਕਰਨ ਲਈ ਆਰਮੀ ਦੀ ਤਿਆਰ ਹੋ ਗਿਆ ਰਾਜੀ ਹੋ ਗਿਆ ਹੀ ਪੌਂਚਡ ਅਪਨ ਦਾ ਐਨਮੀ ਜੋ ਦੁਸ਼ਮਣਾਂ ਦੇ ਟੁੱਟ ਪਿਆ ਹੀ ਪੀਅਰਸਡ ਥਰੂ ਦਾ ਰਿੰਗਸ ਉਹ ਚੱਕਰ ਦੇ ਵਿੱਚੋਂ ਦੀ ਅੰਦਰ ਚਲਾ ਗਿਆ ਹੀ ਵਾਸ ਫਾਈਟਿੰਗ ਅਲੋਨ ਇਕੱਲਾ ਲੜ ਰਿਹਾ ਸੀ ਆਲਮੋ ਐਟ ਲਾਸਟ ਹੀ ਵਾਸ ਲੈਫਟ ਨੋ ਵੈਪਨ ਅੰਤ ਵਿੱਚ ਉਸ ਕੋਲ ਕੋਈ ਹਥਿਆਰ ਨਹੀਂ ਬਚਿਆ ਕੋਰਵਾਜ਼ ਕਿਲਡ ਹੀਮ ਤੇ ਕੋਰਵਾਜ਼ ਨੇ ਉਸ ਦੀ ਹਤਿਆ ਕਰ ਦਿੱਤੀ ਉਸ ਦਾ ਵਧ ਕਰ ਦਿੱਤਾ ਠੀਕ ਹੈ ਥੈਨ ਗ੍ਰਾਮਰ ਹੈ ਇਸ ਦੇ ਵਿੱਚ ਦੇਖੋ ਬੇਟਾ ਨਾਉਨ ਵਰਬ ਐਜੈਕਟਿਵ ਐਂਡ ਐਡਵਰਬ ਇਨ ਇਹ ਜੋ ਅੰਡਰਲਾਈਨਡ ਵਰਡਸ ਨੇ ਇਹ ਦੱਸਣਾ ਵੀ ਨਾਉਨ ਹੈ ਕਿ ਵਰਬ ਹੈ ਐਡਜੈਕਟਿਵ ਹੈ ਠੀਕ ਹੈ ਆਓ ਦੱਸਦੇ ਹਾਂ ਦਰੋਣਾ ਵੈਂਟ ਟੂ ਬੈਟਲਫੀਲਡ ਤਿੰਨ ਸ਼ਬਦਾਂ ਨੂੰ ਅੰਡਰਲਾਈਨ ਕੀਤਾ ਗਿਆ ਦਰੋਣਾ ਵੈਂਟ ਤੇ ਤੀਸਰਾ ਹੈ ਕਿ ਬੈਟਲਫੀਲਡ ਦਰੋਣਾ ਵਰਡ ਕੀ ਹੈ ਨਾਉਨ ਹੈ ਬੇਟਾ ਵੈਂਟ ਵਰਡ ਕੀ ਹੈ ਵਰਬ ਹੈ ਤੇ ਬੈਟਲਫੀਲਡ ਕੀ ਹੈ ਨਾਉਨ ਹੈ ਉਸ ਤੋਂ ਬਾਅਦ ਹੈ ਨੈਕਸਟ ਸੈਂਟੈਂਸ ਦੇ ਵਿੱਚ ਵੀ ਅਭਿਮਨਿਊ ਫਾਈਟਿੰਗ ਐਂਡ ਬਰੇਵਲੀ ਤਿੰਨ ਵਰਡਸ ਨੂੰ ਜੋ ਅੰਡਰਲਾਈਨ ਕੀਤਾ ਗਿਆ ਅਭਿਮਨਿਊ ਨਾਉਨ ਹੈ ਫਾਈਟਿੰਗ ਵਰਬ ਹੈ ਬਰੇਵਲੀ ਐਡਵਰਬ ਹੈ ਠੀਕ ਹੈ ਨੈਕਸਟ ਸੈਂਟੈਂਸ ਵਿੱਚ ਅਰਜੁਨਾ ਸ਼ਾਟ ਐਰੋਸ ਟੈਰੀਫਿਕ ਅਰਜੁਨਾ ਨਾਉਨ ਹੈ ਸ਼ਾਟ ਵਰਬ ਹੈ ਐਰੋਸ ਨਾਉਨ ਹੈ ਟੈਰੀਫਿਕ ਅਜੈਕਟਿਵ ਹੈ ਦੈਨ ਦ ਐਨਮੀ ਮੇਡ ਡੈਸਪਰੇਟ ਅਟੈਕ ਮੇਡ ਵਰਬ ਹੈ ਡੈਸਪਰੇਟ ਅਜੈਕਟਿਵ ਹੈ ਅਟੈਕ ਨਾਉਨ ਹੈ ਇਸ ਤੋਂ ਬਾਅਦ ਆਬਜੈਕਟਿਵ ਟਾਈਪ ਕੁਐਸਚਨਸ ਨੇ ਦੇਖੋ ਫਰਸਟ ਕੁਐਸਚਨ ਹੈ ਅਭਿਮਨਯ ਵੋਜ ਅ ਡੈਸ਼ ਅਭਿਮਨਯ ਵੋਜ ਅ ਬਰੇਵ ਵਾਰੀਅਰ ਠੀਕ ਹੈ ਨੈਕਸਟ ਦੇਖੋ ਡੈਸ਼ ਡਿਸਾਈਡਡ ਟੂ ਬੀ ਕਮਾਂਡਰ ਇਨ ਚੀਫ ਆਫ ਦਾ ਕੋਰਵਾ ਆਰਮੀ ਕੋਰਵਾ ਦੀ ਜੋ ਆਰਮੀ ਸੀ ਸੈਨਾ ਸੀ ਦਾ ਕਮਾਂਡਰ ਇਨ ਚੀਫ ਬਣਨ ਦਾ ਫੈਸਲਾ ਕਿਸ ਨੇ ਕੀਤਾ ਇਸਦਾ ਆਨਸਰ ਹੋ ਜਾਏਗਾ ਬੇਟਾ ਦਰੋਣਾ ਗੁਰੂ ਦਰੋਣਾਚਾਰਿਆ ਨੇ ਫੈਸਲਾ ਕੀਤਾ ਸੀ ਉਹ ਆਰਮੀ ਇਨ ਚੀਫ ਬਣਿਆ ਸੀ ਠੀਕ ਹੈ ਭੀਸ਼ਮਪitamਨ ਤੋਂ ਬਾਅਦ ਦੈਨ ਹੂ ਪੀਅਰਸ ਥਰੂ ਦਾ ਚੱਕਰ ਵਿਊ ਚੱਕਰ ਵਿਊ ਦੇ ਵਿੱਚੋਂ ਦੀ ਕੌਣ ਅੰਦਰ ਗਿਆ ਅਭਿਮਨੂ ਗਿਆ ਸੀ ਬੇਟਾ ਠੀਕ ਹੈ then ਜੈਦਰਤ ਵਾਸ ਦਾ ਕਿੰਗ ਆਫ ਦਾ ਸਿੰਧੂਸ ਸਿੰਧੂਸ ਦਾ ਰਾਜਾ ਸੀ ਜੈਦਰਤ ਠੀਕ ਹੈ then ਦਰੋਣਾ ਫਰੇਮਡ ਦਾ ਚੱਕਰਵਿਊ ਟੂ ਕੈਪਚਰ ਡੈਸ਼ ਦਰੋਣ ਨੇ ਕਿਸ ਨੂੰ ਫੜਨ ਲਈ ਚੱਕਰਵਿਊ ਦੀ ਰਚਨਾ ਕੀਤੀ ਸੀ ਯੁਦਿਸ਼ਥਰ ਨੂੰ ਐਂਟ੍ਰੈਪ ਕਰਨ ਲਈ ਯੁਦਿਸ਼ਥਰ ਨੂੰ ਬੰਦੀ ਬਣਾਉਣ ਵਾਸਤੇ ਉਹਨਾਂ ਨੇ ਚੱਕਰਵਿਊ ਦੀ ਰਚਨਾ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਟ੍ਰਾਂਸਲੇਸ਼ਨ ਹੈ ਬੇਟਾ translate the following sentences into punjabi ठीक है और हिंदी आप पंजाबी च करेंगे अभिमन्यु वाज फाइटिंग अलोन अभिमन्यु ਇਕੱਲਾ ਲੜ ਰਿਹਾ ਸੀ ਜਾਂ अभिमन्यु ਇਕੱਲਾ ਯੁੱਧ ਕਰ ਰਿਹਾ ਸੀ ਆਪਾਂ ਐਵੇਂ ਵੀ ਇਸ ਨੂੰ ਲਿਖ ਸਕਦੇ ਹਾਂ ਠੀਕ ਹੈ अर्जुन वेब ਟਿਬਟਲੀ अर्जुन ਫੁੱਟ ਫੁੱਟ ਕੇ ਰੋਇਆ ਠੀਕ ਹੈ ਜਾਂ ਅਰਜੁਨ ਫੁੱਟ ਫੁੱਟ ਕੇ ਰੋ ਪਿਆ देन कृष्णा वाज वाचिंग एवरीथिंग केयरफुली कृष्णा ਸਭ ਕੁਝ ਧਿਆਨ ਨਾਲ ਦੇਖ ਰਿਹਾ ਸੀ ਅਰਜੁਨ ਹਾ ਸ਼ਾਰਟ ਹਿਸ ਐਰੋ ਵਿਦ ਟੈਰੀਫਿਕ ਸਪੀਡ ਅਰਜੁਨ ਨੇ ਭਿਆਨਕਰ ਗਤੀ ਨਾਲ ਆਪਣੇ ਤੀਰ ਚਲਾਏ ਦੇਸ਼ ਲੈਸ਼ ਦਾ ਹੈੱਡ ਆਫ ਦਾ ਜੈਦਰਤ ਫਰਮ ਹਿਸ ਬੋਡੀ ਉਹਨਾਂ ਨੇ ਜੈਦਰਤ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਠੀਕ ਹੈ ਬੇਟਾ ਇਹ ਸੀ ਤੁਹਾਡਾ ਲੈਸਨ ਕੰਪਲੀਟ ਹੋ ਗਿਆ ਇੱਥੇ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਬੇਟਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇਸ ਚੈਨਲ ਤੇ ਤੁਹਾਡੀ ਸੈਕੰਡ ਟਰਮ ਦੀ ਪੂਰੀ ਤਿਆਰੀ ਹੋਊਗੀ ਠੀਕ ਹੈ ਇਹ ਸਾਰੀ ਵਰਕਬੁੱਕ ਤੁਹਾਨੂੰ ਇਸ ਚੈਨਲ ਤੇ ਮਿਲੇਗੀ ਗ੍ਰਾਮਰ ਪੋਰਸ਼ਨ ਵੀ ਮਿਲੇਗਾ ਠੀਕ ਹੈ ਸੋ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮਚ ਬਾਏ ਬਾਏ